ਹਾਂਜੀ ਅੰਗਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਤੁਹਾਨੂੰ ਆਪਾਂ ਇੱਕ ਚੜ੍ਹਦੀ ਕਲਾ ਵਾਲੇ ਸਿੰਘ ਦਿਖਾਉਣੇ ਆ। ਆਪਾਂ ਨੂੰ ਮਿਲੇ ਨੇ ਇਹ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਸਾਹਿਬ ਨੰਦੇੜ ਵਿਖੇ, ਜਿੱਥੇ ਤੁਹਾਨੂੰ ਮੈਂ ਦਿਖਾਉਣਾ ਬਾਈ ਆਹ ਇਹਨਾਂ ਕੋਲ ਮੋਟਰਸਾਈਕਲ ਆ ਦੇਖੋ, ਅਤੇ ਕੋਈ ਇਹਦੇ ਨੰਬਰ ਪਲੇਟ ਨਹੀਂ ਲੱਗੀ, ਨਾ ਕੋਈ ਕਹਿੰਦੇ ਸਿੰਘਾਂ ਨੂੰ ਘੇਰੇ ਯਾਤਰਾ ਸ੍ਰੀ ਹੇਮਕੁੰਡ ਸਾਹਿਬ, ਅਤੇ ਉੱਪਰ ਵੀ ਕੁਛ ਗੁਰੂ ਘਰਾਂ ਦੀਆਂ ਜਿਹੜੇ ਹੈਗਾ ਫੋਟੋ ਬਾਬਾ ਜੀ ਨੇ ਬਾਈ ਲਾਈਆਂ ਵੀਆਂ ਨੇ। ਅਤੇ ਇਸ ਮੋਟਰਸਾਈਕਲ ਦੇ ਉੱਪਰ ਦੇਖੋ ਤੁਸੀਂ ਖਾਲਸਾਈ ਕੇਸਰੀ ਨਿਸ਼ਾਨ ਲਾ ਕੇ ਯਾਤਰਾਵਾਂ ਕੀਤੀਆਂ ਨੇ, ਜਿਹਦੇ ਵਿੱਚ ਬਾਬਾ ਜੀ ਨੇ ਗੁਰਦੁਆਰਾ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਅਸਾਮ, ਗੁਰਦੁਆਰਾ ਤੀਸਰੀ ਉਦਾਸੀ ਤਵਾਂਗ ਅਰੁਣਾਚਲ ਪ੍ਰਦੇਸ਼, ਅਤੇ ਇਹ ਆ ਗਿਆ ਜੀ ਆਪਣਾ ਗੁਰਦੁਆਰਾ ਨਾਨਕ ਧਾਮ ਰਮੇਸ਼ਵਰਮ। ਇਹ ਕਿੱਥੇ ਆ ਜੀ? ਚੇਨਈ ਤੋਂ 600 ਕਿਲੋਮੀਟਰ ਅੱਗੇ। ਆ ਕਿਹੜਾ ਆ ਗਿਆ ਜੀ? ਤਾਮਿਲਨਾਡੂ, ਠੀਕ ਆ, ਇਹ ਉਹੀ ਆ, ਹੈ ਇੱਕੋ ਹੀ ਹੈ ਤਾਮਿਲਨਾਡੂ, ਠੀਕ ਹੈ। ਅਤੇ ਆਪਣੇ ਨਾਲੇ ਬਾਬਾ ਜੀ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆ ਜਾਓ ਬਾਬਾ ਜੀ ਮੋਟਰਸਾਈਕਲ ਕੋਲ ਆ ਜਾਓ ਜੀ। ਦੋਨੋਂ ਸਿੰਘ ਹੋ ਜੀ ਤੁਸੀਂ? ਦੋਨੋਂ ਸਿੰਘ ਯਾਤਰਾ ਕਰਦੇ ਹੋ? ਅੱਛਾ, ਬੇਟਾ ਕਿਹੜਾ ਗਾ ਜੀ? ਤੁਹਾਡਾ ਬੇਟਾ ਇਸੇ ਮੋਟਰਸਾਈਕਲ ਦੀ? ਇੱਕ ਮੋਟਰਸਾਈਕਲ ਦੇ ਤਿੰਨ ਜਾਣੇ, ਕੋਈ ਘੇਰਦਾ ਨੀ ਹੈਗਾ ਜਿਵੇਂ ਸ਼ਹਿਰ ਦੇ ਵਿੱਚ ਵੜਦੇ ਹੋ ਜਾਂ ਹੋਰ ਉਹ ਹੈ? ਗੁਰੂ ਦੀ ਫੌਜ ਆ, ਅਸੀਂ ਕਿਸੇ ਤੋਂ ਡਰਦੇ ਨਹੀਂ। ਹਾਏ ਹਾਏ ਹਾਏ, ਖਾਲਸਾ ਫੌਜ ਗੁਰੂ ਦੀ ਕਿਸੇ ਤੋਂ ਨਹੀਂ ਡਰਦੀ। ਮੋਟਰਸਾਈਕਲ ਤੇ ਤਿੰਨ ਜਾਣੇ ਸਫ਼ਰ ਕਰਦੇ ਹੋ, ਕੋਈ ਘੇਰਦਾ ਨੀ, ਠੀਕ ਆ। ਤੇ ਬਾਬਾ ਜੀ ਪੰਜਾਬ ਦੇ ਵਿੱਚੋਂ ਕਿੱਥੋਂ, ਕਿਹੜੀ ਜਗ੍ਹਾ ਤੋਂ ਜੀ? ਪੰਜਾਬ ਚੋਂ ਅਸੀਂ ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ। ਤੇ ਆਪਣਾ ਸੁਭਨਾਮ ਕੀ ਹੈ ਜੀ? ਜਗਦੀਸ਼ ਸਿੰਘ। ਜਗਦੀਸ਼ ਸਿੰਘ। ਤੇ ਬਾਬਾ ਜੀ ਆਪਣਾ ਸੁਭਨਾਮ ਜੀ? ਜਸਵੀਰ ਸਿੰਘ ਜੀ। ਪੰਜਾਬ ਤੋਂ ਤੁਸੀਂ ਵੀ? ਗੁਰਦਾਸਪੁਰ ਤੋਂ, ਠੀਕ ਆ। ਤੇ ਕਿਵੇਂ ਫੁਰਨਾ ਬਣਿਆ ਜੀ ਮੋਟਰਸਾਈਕਲ ਤੇ ਸਫ਼ਰ ਕੱਢਣਾ? ਮੋਟਰਸਾਈਕਲ ਤੇ ਲੋਕ ਕਹਿੰਦੇ ਤਾਂ ਉਹੀ ਥੱਕ ਜਾਂਦੇ ਆ। ਬਾਬਾ ਜੀ ਗੁਰੂ ਨੇ ਜਹਾਜ ਦਿੱਤੇ ਲਈ ਫਿਰਦੇ ਆ, ਠੀਕ ਹੈ, ਯਾਤਰਾ ਕਰਦੇ ਧਾਮਾਂ ਦੀ, ਬਸ ਧਾਮਾਂ ਦੀ ਯਾਤਰਾ ਕਰਦੇ ਨੇ। ਕਦੋਂ ਚੱਲੇ ਸੀਗੇ, ਮਤਲਬ ਕਦੋਂ ਚੱਲੇ ਸੀਗੇ, ਸਭ ਤੋਂ ਪਹਿਲਾਂ ਕਦੋਂ ਚੱਲੇ ਸੀ? 2-3 ਮਹੀਨੇ ਹੋ ਗਏ ਆਪਾਂ ਨੂੰ ਤੇ ਫਿਰ ਪਟਨਾ ਸਾਹਿਬ ਗਏ, ਧੋਬੜੀ ਸਾਹਿਬ ਗਏ, ਗੁਰਦੁਆਰਾ ਜਦੋਂ ਘਰੋਂ ਨਿਕਲੇ ਮਤਲਬ ਗੁਰਦਾਸਪੁਰ ਸਾਹਿਬ ਤੋਂ ਤੁਰੇ, ਹੈਨਾ? ਪਹਿਲ ਸਭ ਤੋਂ ਪਹਿਲਾਂ ਕਿੱਥੇ ਗਏ? 4 ਮਹੀਨੇ ਹੋ ਗਏ ਸਾਨੂੰ। ਕਿੰਨੇ ਨੇ ਪਟਨਾ ਸਾਹਿਬ, ਕਿੰਨੇ ਦਿਨਾਂ ਚ ਪਹੁੰਚ ਗਏ? ਕਿੰਨੀ ਉਮਰ ਦਾ ਬੱਚਾ ਜੀ? ਬੱਚਾ 10 ਸਾਲ ਦਾ ਹੈ। ਅੱਛਾ ਜੀ, ਤੁਹਾਡਾ ਬੇਟਾ ਨਾਲ ਜੀ? ਤੇ ਸਿੰਘਣੀ ਜੀ ਤੁਹਾਡੀ? ਵਾਹਿਗੁਰੂ ਦੇ ਘਰੇ ਚਲ ਗਈ ਹੈ ਜੀ। ਅੱਛਾ, ਤਾਂ ਬੱਚੇ ਨੂੰ ਹੁਣ ਤੁਸੀਂ ਯਾਤਰਾ ਕਰਾਉਣੀ ਸਾਰੇ ਕਿਤੇ? ਯਾਤਰਾ ਵੀ ਕਰਾਉਣੀ ਆ, ਬਾਣੀ ਵੀ ਸਿਖਾਉਣੀ ਆ। ਅੱਛਾ, ਗੁਰਬਾਣੀ ਵੀ ਸਿਖਾਉਣੀ? ਨਾ, ਅਸੀਂ ਕਿਸੇ ਦੀ ਗੁਲਾਮੀ ਕੀਤੀ ਆ ਗਵਰਨਮੈਂਟ ਦੀ, ਹਾਂਜੀ, ਬੱਚਿਆਂ ਨੂੰ ਕਰਨ ਦੇਣੀ, ਠੀਕ ਹੈ। ਬੱਚਾ ਵੀ ਗੁਰੂ ਦਾ ਦਾਸ ਰੱਖਣਾ, ਅਸੀਂ ਵੀ ਗੁਰੂ ਦੇ ਦਾਸ ਰੱਖਣਾ। ਵਾਹ ਜੀ ਵਾਹ। ਤੇ ਪਟਨਾ ਸਾਹਿਬ ਤੋਂ ਫਿਰ ਬਾਬਾ ਜੀ ਕਿੱਥੇ ਗਏ? ਹਾਂਜੀ, ਪਟਨਾ ਸਾਹਿਬ ਤੋਂ ਆਏ ਅਸੀਂ ਜਗਨਨਾਥਪੁਰੀ, ਜਗਨਨਾਥਪੁਰੀ ਤੋਂ ਰਾਮੇਸ਼ਵਰਮ, ਰਾਮੇਸ਼ਵਰਮ ਤੋਂ ਆਏ ਕਰਨਾਟਕਾ ਬਿਦਰ ਸਾਹਿਬ, ਬਿਦਰ ਸਾਹਿਬ ਤੋਂ ਇੱਥੇ ਆ ਗਏ। ਠੀਕ ਹੈ, ਧੋਬੜੀ ਸਾਹਿਬ, ਪਟਨਾ ਤੋਂ ਧੋਬੜੀ ਸਾਹਿਬ ਨਹੀਂ ਗਏ? ਪੜ੍ਹਨੇ ਤੋਂ ਅੱਗੇ ਆ, ਹਾਂਜੀ, ਚੋਂਗਥਾਂਗ, ਠੀਕ ਹੈ, ਹਾਂਜੀ, ਗੁਰਦੁਆਰਾ ਬਾਬਾ ਇਹਨਾਂ ਦੇ ਦਿੱਲੀ ਵਾਲਿਆਂ ਦੇ ਬਾਬਾ ਜੀ ਦੀ ਸੇਵਾ ਚੱਲਣ ਦੀ ਉੱਤੇ, ਹਾਂਜੀ ਹਾਂਜੀ, ਚੋਂਗਥਾਂਗ ਗੁਰਦੁਆਰਾ ਸ਼੍ਰੀਕੁੜੀ ਤੋਂ 150 ਕਿਲੋਮੀਟਰ ਅੱਗੇ, ਬਿਲਕੁਲ, ਹਾਂਜੀ, ਉੱਥੇ ਜਿੱਥੇ ਉਹ ਹੱਥ ਲਾ ਕੇ ਪੱਥਰ ਰੋਕਿਆ ਸੀ ਜਾਂ ਕੀ ਚੀਜ਼ ਸੀ ਉੱਥੇ, ਹਨਾ? ਉਦੋਂ ਅੱਗੇ ਗਏ ਸੀਗੇ, ਅੱਗੇ ਜਿੱਥੇ ਜੈਕ ਰਹਿੰਦੇ ਨੇ ਗੁਰੂ ਮਹਾਰਾਜ ਨੇ ਉਹ ਮਾਰਿਆ ਸੀਗਾ, ਗੁਰੂ ਡਾਂਗ ਮਾਰ ਸਾਹਿਬ ਉੱਤੇ ਉਹ ਬੰਦ ਕੀਤਾ ਹੋਇਆ, ਉੱਥੇ ਕੁਛ ਕਿਹਾ, ਹਾਂ, ਤੇ ਮਹਾਰਾਜ ਦਾ ਪ੍ਰਕਾਸ਼ ਥੱਲੇ ਲਿਆਏ ਨਾ ਉਹ ਚੋਂਗਥਾਂਗ, ਠੀਕ ਹੈ ਠੀਕ ਹੈ, ਸਿਲੀਕੁੜੀ ਦੀ ਸੰਗਤ ਕੇਸ ਲੜਨ ਲਈ ਅਜੇ। ਅੱਛਾ ਜੀ, ਅੱਛਾ, ਹਾਂਜੀ, ਉਹ ਜਾਣਾ ਸਿਲੀਕੁੜੀ ਦੇ ਵਿੱਚ ਆਪਣੇ ਗੁਰਸਿੱਖ ਹੈਗੇ, ਜਾਣੇ ਆਪਣੇ, ਹਾਂਜੀ ਹਾਂਜੀ, ਠੀਕ ਹੈ, ਉਹ ਗੁਰੂ ਨੇ ਕੇਸ ਜਿਤਾ ਦੇਣੇ ਆ,
ਬਿਲਕੁਲ ਜੀ ਬਿਲਕੁਲ। ਹੁਣ ਬਾਬਾ ਜੀ ਅੱਗੇ ਫਿਰ ਕੀ ਪਲਾਨ ਆ ਜੀ, ਪਿੰਡ ਨੂੰ ਕਦੋਂ ਮੁੜਨਾ? ਬੰਬੇ ਗੁਰਦੁਆਰਾ ਗੁਜਰਾਤ ਚ ਭਾਈ ਮੋਕਮ ਸਿੰਘ ਜੀ ਦਾ ਨਾ, ਉਧਰ ਜਾਵਾਂਗੇ। ਅੱਛਾ ਜੀ, ਵਾਹ ਜੀ ਵਾਹ, ਵੱਡੀਆਂ ਸੇਵਾਵਾਂ ਨੇ ਜਿਹੜੀ ਗੱਲ ਹੈ ਨਾ। ਬਾਬਾ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ। ਕਈ ਵਾਰ ਕਿਸੇ ਵੀਰ ਨੇ ਨਾ, ਮੇਰੀ ਗੱਲ ਸੁਣੋ ਜੀ, ਕਈ ਵਾਰ ਨਾ ਕਿਸੇ ਵੀਰ ਨੇ, ਮੰਨ ਲਓ ਜਿਵੇਂ ਤੁਸੀਂ ਮੋਟਰਸਾਈਕਲ ਤੇ ਫਿਰਦੇ ਹੋ, ਤੇਲ ਮੰਨ ਲਓ ਆਪਦੇ ਪੱਲੇ ਫੂਕਦੇ ਹੋ ਹਨਾ, ਤੇ ਗੁਰੂ ਮਹਾਰਾਜ ਦਾ ਸੁਨੇਹਾ ਦਿੰਦੇ ਫਿਰਦੇ ਹੋ, ਮਹਾਰਾਜ ਦਾ ਆਪਾਂ ਕਹਿ ਦਈਏ ਵੀ ਸਿੱਖ ਕੌਮ ਦੇ ਤੁਸੀਂ ਇੱਕ ਸਿਪਾਹੀ ਹੋ ਗਏ ਹਨਾ, ਤੁਸੀਂ ਕੌਮ ਦਾ ਸੁਨੇਹਾ ਦਿੰਦੇ ਫਿਰਦੇ ਹੋ, ਵੀ ਕਿਸੇ ਵੀਰ ਨੇ ਤੁਹਾਨੂੰ ਆਪਦੇ ਵੱਲੋਂ ਸਰਧਾ ਨਾਲ ਹੀ, ਆਪਾਂ ਕਹੀਏ ਤੁਸੀਂ ਮੰਗੇ ਤਾਂ ਹੈ ਨੀ, ਮੈਂ ਕਹਿਣਾ ਵੀ ਕਈ ਵਾਰ ਕਿਸੇ ਵੀਰ ਨੇ ਸਰਧਾ ਨਾਲ ਹੀ ਤੁਹਾਨੂੰ ਸੇਵਾ ਭੇਟਾ ਕਰਨੀ ਹੁੰਦੀ ਹੈ ਹਨਾ। ਤਾਂ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਜੀ, ਤੁਸੀਂ ਆਪਦਾ ਹੀ ਬੋਲ ਦਿਓ, ਤੁਸੀਂ ਆਪਦਾ ਹੀ ਬੋਲ ਦਿਓ। ਮੋਬਾਈਲ ਨੰਬਰ ਹੈ ਨੀ ਕੋਈ? ਅੱਛਾ, 97 96 97 96 14 98 94 98 ਹਾਂਜੀ। ਕੀ ਨਾ ਕਿਹਦਾ ਹੈ ਮੁੰਡੇ ਦਾ? ਹੈ ਜਗਦੀਪ ਸਿੰਘ ਸੋਢਾ ਇਹ? ਹਾਂਜੀ ਹਾਂਜੀ। 97 97 97 97 96 14 98 94 14 98 94 ਭਰਾਵੋ ਇਹ ਬਾਬਾ ਜੀ ਦਾ ਨੰਬਰ ਆ ਬਾਈ, ਜਰੂਰ ਭਰਾਵੋ ਜਿੰਨਾ ਵੀ ਹੋਇਆ ਹਨਾ ਇਹਨਾਂ ਦੀ ਮਦਦ ਕਰਿਓ, ਜਾਂ ਤੁਹਾਡੇ ਇਲਾਕੇ ਚ ਆਉਣ। ਇਸ ਤੋਂ ਬਾਅਦ ਇਹ ਬੰਬੇ ਜਾ ਰਹੇ ਨੇ, ਅੱਜ ਅਸੀਂ ਵੀਡੀਓ ਬਣਾ ਰਹੇ ਹਾਂਗੇ ਆਪਣਾ 1 ਜੁਲਾਈ ਨੂੰ, ਹਾਂ 1 ਜੁਲਾਈ, ਹਾਂ ਸੋਰੀ 1 ਅਗਸਤ 2024, ਤੇ ਹੇਮਕੁੰਡ ਸਾਹਿਬ ਤੁਹਾਨੂੰ ਪਤਾ ਬਰਸੀ ਦਾ ਜਿਹੜਾ ਸਿਸਟਮ ਉਹ ਚੱਲੀ ਜਾਂਦਾ, ਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ। ਸੋ ਠੀਕ ਹੈ ਬਾਬਾ ਜੀ, ਧੰਨਵਾਦ, ਮਿਹਰਬਾਨੀ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਅੰਗਦ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜੀ ਤੁਹਾਨੂੰ ਆਪਾਂ ਇੱਕ ਚੜ੍ਹਦੀ ਕਲਾ ਵਾਲੇ ਸਿੰਘ ਦਿਖਾਉਣੇ ਆ। ਆਪਾਂ ਨੂੰ ਮਿਲੇ ਨੇ ਇਹ ਤਖ਼ਤ ਸੱਚਖੰਡ ਸ੍ਰੀ ਅਬਚਲ ਨਗਰ ਸਾਹਿਬ ਨੰਦੇੜ ਵਿਖੇ, ਜਿੱਥੇ ਤੁਹਾਨੂੰ ਮੈਂ ਦਿਖਾਉਣਾ ਬਾਈ ਆਹ ਇਹਨਾਂ ਕੋਲ ਮੋਟਰਸਾਈਕਲ ਆ ਦੇਖੋ, ਤੇ ਕੋਈ ਇਹਦੇ ਨੰਬਰ ਪਲੇਟ ਨਹੀਂ ਲੱਗੀ, ਨਾ ਕੋਈ ਕਹਿੰਦੇ ਸਿੰਘਾਂ ਨੂੰ ਘੇਰੇ ਯਾਤਰਾ ਸ੍ਰੀ ਹੇਮਕੁੰਡ ਸਾਹਿਬ, ਤੇ ਉੱਪਰ ਵੀ ਕੁਛ ਗੁਰੂ ਘਰਾਂ ਦੀਆਂ ਜਿਹੜੇ ਹੈਗਾ ਫੋਟੋ ਬਾਬਾ ਜੀ ਨੇ ਬਾਈ ਲਾਈਆਂ ਵੀਆਂ ਨੇ। ਤੇ ਇਸ ਮੋਟਰਸਾਈਕਲ ਦੇ ਉੱਪਰ ਦੇਖੋ ਤੁਸੀਂ ਖਾਲਸਾਈ ਕੇਸਰੀ ਨਿਸ਼ਾਨ ਲਾ ਕੇ ਯਾਤਰਾਵਾਂ ਕੀਤੀਆਂ ਨੇ, ਜਿਹਦੇ ਵਿੱਚ ਬਾਬਾ ਜੀ ਨੇ ਗੁਰਦੁਆਰਾ ਸ੍ਰੀ ਪਟਨਾ ਸਾਹਿਬ, ਗੁਰਦੁਆਰਾ ਸ੍ਰੀ ਧੋਬੜੀ ਸਾਹਿਬ ਅਸਾਮ, ਗੁਰਦੁਆਰਾ ਤੀਸਰੀ ਉਦਾਸੀ ਤਵਾਂਗ ਅਰੁਣਾਚਲ ਪ੍ਰਦੇਸ਼, ਤੇ ਇਹ ਆ ਗਿਆ ਜੀ ਆਪਣਾ ਗੁਰਦੁਆਰਾ ਨਾਨਕ ਧਾਮ ਰਮੇਸ਼ਵਰਮ। ਇਹ ਕਿੱਥੇ ਆ ਜੀ? ਚੇਨਈ ਤੋਂ 600 ਕਿਲੋਮੀਟਰ ਅੱਗੇ। ਆ ਕਿਹੜਾ ਆ ਗਿਆ ਜੀ? ਤਾਮਿਲਨਾਡੂ, ਠੀਕ ਹੈ, ਇਹ ਉਹੀ ਹੈ, ਹੈ ਇੱਕੋ ਹੀ ਹੈ ਤਾਮਿਲਨਾਡੂ, ਠੀਕ ਹੈ। ਤੇ ਆਪਣੇ ਨਾਲੇ ਬਾਬਾ ਜੀ ਨੇ, ਇਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ। ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਥੇ ਆ ਜਾਓ ਬਾਬਾ ਜੀ, ਮੋਟਰਸਾਈਕਲ ਕੋਲ ਆ ਜਾਓ ਜੀ। ਦੋਨੋਂ ਸਿੰਘ ਹੋ ਜੀ ਤੁਸੀਂ? ਦੋਨੋਂ ਸਿੰਘ ਯਾਤਰਾ ਕਰਦੇ ਹੋ? ਅੱਛਾ, ਬੇਟਾ ਕਿਹੜਾ ਗਾ ਜੀ? ਤੁਹਾਡਾ ਬੇਟਾ ਇਸੇ ਮੋਟਰਸਾਈਕਲ ਦੀ? ਇੱਕ ਮੋਟਰਸਾਈਕਲ ਦੇ ਤੰਨੇ ਜਾਣੇ, ਕੋਈ ਘੇਰਦਾ ਨੀ ਹੈਗਾ ਜਿਵੇਂ ਸ਼ਹਿਰ ਦੇ ਵਿੱਚ ਵੜਦੇ ਹੋ ਜਾਂ ਹੋਰ ਉਹ ਹੈ? ਅਸੀਂ ਗੁਰੂ ਦੀ ਫੌਜ ਹਾਂ, ਅਸੀਂ ਕਿਸੇ ਤੋਂ ਡਰਦੇ ਨਹੀਂ। ਹਾਏ ਹਾਏ ਹਾਏ, ਖਾਲਸਾ ਫੌਜ ਗੁਰੂ ਦੀ ਕਿਸੇ ਤੋਂ ਨਹੀਂ ਡਰਦੇ। ਮੋਟਰਸਾਈਕਲ ਦੇ ਤੰਨੇ ਜਾਣੇ ਸਫ਼ਰ ਕਰਦੇ ਹੋ, ਕੋਈ ਘੇਰਦਾ ਨੀ, ਠੀਕ ਆ। ਤੇ ਬਾਬਾ ਜੀ ਪੰਜਾਬ ਦੇ ਵਿੱਚੋਂ ਕਿੱਥੋਂ, ਕਿਹੜੀ ਜਗ੍ਹਾ ਤੋਂ ਜੀ? ਪੰਜਾਬ ਚੋਂ ਅਸੀਂ ਗੁਰਦਾਸਪੁਰ ਤੋਂ। ਗੁਰਦਾਸਪੁਰ ਤੋਂ, ਤੇ ਆਪਣਾ ਸੁਭਨਾਮ ਕੀ ਹੈ ਜੀ? ਜਗਦੀਪ ਸਿੰਘ। ਜਗਦੀਪ ਸਿੰਘ, ਤੇ ਬਾਬਾ ਜੀ ਆਪਣਾ ਸੁਭਨਾਮ ਜੀ? ਜਸਵੀਰ ਸਿੰਘ ਹੈ ਜੀ। ਪੰਜਾਬ ਤੋਂ ਤੁਸੀਂ ਵੀ? ਗੁਰਦਾਸਪੁਰ ਤੋਂ, ਠੀਕ ਆ। ਤੇ ਕਿਵੇਂ ਫੁਰਨਾ ਬਣਿਆ ਜੀ ਮੋਟਰਸਾਈਕਲ ਤੇ ਸਫ਼ਰ ਕੱਢਣਾ? ਮੋਟਰਸਾਈਕਲ ਤੇ ਲੋਕ ਕਹਿੰਦੇ ਤਾਂ ਉਹੀ ਥੱਕ ਜਾਂਦੇ ਆ। ਬਾਬਾ ਜੀ ਗੁਰੂ ਨੇ ਜਹਾਜ਼ ਦਿੱਤੇ, ਲਈ ਫਿਰਦੇ ਆ, ਠੀਕ ਹੈ, ਯਾਤਰਾ ਕਰਦੇ ਧਾਮਾਂ ਦੀ, ਬਸ
ਜਦੋਂ ਘਰੋਂ ਨਿਕਲੇ ਮਤਲਬ ਗੁਰਦਾਸਪੁਰ ਸਾਹਿਬ ਤੋਂ ਤੁਰੇ ਹਨਾ, ਭਾਈ ਸਭ ਤੋਂ ਪਹਿਲਾਂ ਕਿੱਥੇ ਗਏ? ਕਿੰਨੇ ਪੜਨਾ ਸਾਹਿਬ ਕਿੰਨੇ ਦਿਨਾਂ ਚ ਪਹੁੰਚ ਗਏ? ਕਿੰਨੀ ਉਮਰ ਦਾ ਬੱਚਾ ਜੀ? ਬੱਚਾ 10 ਸਾਲ ਦਾ ਹੈ, ਕਾਕੇ ਜੱਡਾ ਜੀ। ਅੱਛਾ ਜੀ, ਤੁਹਾਡਾ ਬੇਟਾ ਨਾਲ ਜੀ? ਹਾਂਜੀ। ਤੇ ਸਿੰਘਣੀ ਜੀ ਤੁਹਾਡੀ? ਵਾਹਿਗੁਰੂ ਦੇ ਘਰੇ ਚਲ ਗਈ ਹੈ ਜੀ। ਅੱਛਾ, ਤਾਂ ਬੱਚੇ ਨੂੰ ਹੁਣ ਤੁਸੀਂ ਯਾਤਰਾ ਕਰਾਉਣੀ ਸਾਰੇ ਕਿਤੇ? ਯਾਤਰਾ ਵੀ ਕਰਾਉਣੀ ਆ, ਬਾਣੀ ਵੀ ਸਿਖਾਉਣੀ ਆ। ਅੱਛਾ, ਗੁਰਬਾਣੀ ਵੀ ਸਿਖਾਉਣੀ? ਨਾ, ਅਸੀਂ ਕਿਸੇ ਦੀ ਗੁਲਾਮੀ ਕੀਤੀ ਆ ਗਵਰਨਮੈਂਟ ਦੀ। ਹਾਂਜੀ, ਬੱਚਿਆਂ ਨੂੰ ਕਰਨ ਦੇਣੀ। ਠੀਕ ਹੈ, ਬੱਚਾ ਵੀ ਗੁਰੂ ਦਾ ਦਾਸ ਰੱਖਣਾ, ਅਸੀਂ ਵੀ ਗੁਰੂ ਦੇ ਦਾਸ। ਵਾਹ ਜੀ ਵਾਹ। ਤੇ ਪਟਨਾ ਸਾਹਿਬ ਤੋਂ ਫਿਰ ਬਾਬਾ ਜੀ ਕਿੱਥੇ ਗਏ? ਹਾਂਜੀ, ਪਟਨਾ ਸਾਹਿਬ ਤੋਂ ਆਏ ਅਸੀਂ ਜਗਨਨਾਥਪੁਰੀ, ਜਗਨਨਾਥਪੁਰੀ ਤੋਂ ਰਾਮੇਸ਼ਵਰਮ, ਰਾਮੇਸ਼ਵਰਮ ਤੋਂ ਆਏ ਕਰਨਾਟਕ ਬਿਦਰ ਸਾਹਿਬ, ਬਿਦਰ ਸਾਹਿਬ ਤੋਂ ਇੱਥੇ ਆ ਗਏ। ਠੀਕ ਹੈ, ਧੋਬੜੀ ਸਾਹਿਬ ਪਟਨਾ ਤੋਂ ਧੋਬੜੀ ਸਾਹਿਬ ਨਹੀਂ ਗਏ? ਧੋਬੜੀ ਸਾਹਿਬ ਨਹੀਂ ਹਜੇ ਨਹੀਂ ਗਏ। ਅਸਾਮ ਚ ਗਏ ਨਾ ਬਾਬਾ ਜੀ? ਹਾਂ, ਅਸਾਮ ਗੁਰਦੁਆਰਾ ਧੋਬੜੀ ਸਾਹਿਬ ਗਏ ਅਸੀਂ। ਆ ਪੜਨੇ ਤੋਂ ਅੱਗੇ ਆ ਧੋਬੜੀ ਸਾਹਿਬ ਗਏ, ਗੁਰਦੁਆਰਾ ਡਾਂਗਮਾਰ ਸਾਹਿਬ ਸਿੱਕਮ। ਹਾਂਜੀ, ਚੋਂਗਥਾਂਗ। ਠੀਕ ਹੈ, ਹਾਂਜੀ, ਗੁਰਦੁਆਰਾ ਬਾਬਾ ਇਹਨਾਂ ਦੇ ਦਿੱਲੀ ਵਾਲਿਆਂ ਦੇ ਬਾਬਾ ਜੀ ਦੀ ਸੇਵਾ ਚੱਲਣ ਦੀ ਉੱਤੇ। ਹਾਂਜੀ ਹਾਂਜੀ, ਚੋਂਗਥਾਂਗ ਗੁਰਦੁਆਰਾ ਸ਼੍ਰੀਕੁੜੀ ਤੋਂ 150 ਕਿਲੋਮੀਟਰ ਅੱਗੇ। ਬਿਲਕੁਲ, ਹਾਂਜੀ, ਉੱਥੇ ਜਿੱਥੇ ਉਹ ਹੱਥ ਲਾ ਕੇ ਪੱਥਰ ਰੋਕਿਆ ਸੀ ਜਾਂ ਕੀ ਚੀਜ਼ ਸੀ ਉੱਥੇ ਹਨਾ, ਉਦੋਂ ਅੱਗੇ ਗਏ ਸੀਗੇ ਅੱਗੇ ਜਿੱਥੇ ਜੈਕਰ ਇਹਨਾਂ ਨੇ ਗੁਰੂ ਮਹਾਰਾਜ ਨੇ ਉਹ ਮਾਰਿਆ ਸੀਗਾ। ਸਿਲੀਗੁੜੀ ਦੇ ਵਿੱਚ ਆਪਣੇ ਗੁਰਸਿੱਖ ਹੈਗੇ? ਠੀਕ ਹੈ, ਉਹ ਗੁਰੂ ਨੇ ਕੇਸ ਜਿਤਾ ਦੇਣੇ ਆ। ਬਿਲਕੁਲ ਜੀ, ਬਿਲਕੁਲ। ਹਾਂ ਜੀ ਹਾਂ, ਬਿਲਕੁਲ ਜੀ, ਬਿਲਕੁਲ। ਹੁਣ ਬਾਬਾ ਜੀ ਅੱਗੇ ਫਿਰ ਕੀ ਪਲਾਨ ਆ ਜੀ? ਪਿੰਡ ਨੂੰ ਕਦੋਂ ਮੁੜਨਾ ਹੈ? ਬੰਬੇ ਗੁਰਦੁਆਰਾ ਗੁਜਰਾਤ ਚ ਭਾਈ ਮੋਕਮ ਸਿੰਘ ਜੀ ਦਾ ਨਾ, ਉਧਰ ਜਾਵਾਂਗੇ। ਅੱਛਾ ਜੀ, ਵਾਹ ਜੀ ਵਾਹ, ਵੱਡੀਆਂ ਸੇਵਾਵਾਂ ਨੇ ਜਿਹੜੀ ਗੱਲ ਨਾ। ਬਾਬਾ ਜੀ ਤੁਹਾਡਾ ਮੋਬਾਈਲ ਨੰਬਰ ਬੋਲ ਦੋ, ਕਈ ਵਾਰ ਕਿਸੇ ਵੀਰ ਨੇ ਨਾ, ਮੇਰੀ ਗੱਲ ਸੁਣੋ ਜੀ, ਕਈ ਵਾਰ ਨਾ ਕਿਸੇ ਵੀਰ ਨੇ, ਮੰਨ ਲਓ ਜਿਵੇਂ ਤੁਸੀਂ ਮੋਟਰਸਾਈਕਲ ਤੇ ਫਿਰਦੇ ਹੋ, ਤੇਲ ਮੰਨ ਲਓ ਆਪਦੇ ਪੱਲਿਓਂ ਫੂਕਦੇ ਹੋ ਹਨਾ, ਤੇ ਗੁਰੂ ਮਹਾਰਾਜ ਦਾ ਸੁਨੇਹਾ ਦਿੰਦੇ ਫਿਰਦੇ ਹੋ, ਮਹਾਰਾਜ ਦਾ ਆਪਾਂ ਕਹਿ ਵੀ ਸਿੱਖ ਕੌਮ ਦੇ ਤੁਸੀਂ ਇੱਕ ਸਿਪਾਹੀ ਹੋ ਗਏ ਹਨਾ, ਤੁਸੀਂ ਕੌਮ ਦਾ ਸੁਨੇਹਾ ਦਿੰਦੇ ਫਿਰਦੇ ਹੋ, ਵੀ ਕਿਸੇ ਵੀਰ ਨੇ ਤੁਹਾਨੂੰ ਆਪਦੇ ਵੱਲੋਂ ਸ਼ਰਧਾ ਨਾਲ ਹੀ, ਆਪਾਂ ਕਹੀਏ ਤੁਸੀਂ ਮੰਗੇ ਤਾਂ ਹੈ ਨਹੀਂ, ਮੈਂ ਕਹਿਣਾ ਵੀ ਕਈ ਵਾਰ ਕਿਸੇ ਵੀਰ ਨੇ ਸ਼ਰਧਾ ਨਾਲ ਹੀ ਤੁਹਾਨੂੰ ਸੇਵਾ ਭੇਟਾ ਕਰਨੀ ਹੁੰਦੀ ਹੈ ਹਨਾ, ਤਾਂ ਤੁਹਾਡਾ ਮੋਬਾਈਲ ਨੰਬਰ ਬੋਲ ਦਿਓ ਜੀ, ਤੁਸੀਂ ਆਪਦਾ ਹੀ ਬੋਲ ਦਿਓ, ਤੁਸੀਂ ਆਪਦਾ ਹੀ ਬੋਲ। ਮੋਬਾਈਲ ਨੰਬਰ ਹੈ ਨਹੀਂ ਕੋਈ? ਅੱਛਾ, 97 7 96। ਹਾਂ, 97 7 96 14 98 14 98। ਕੀ ਨਾ ਕਿਹਦਾ ਇਹ ਮੁੰਡੇ ਦਾ? ਹੈ ਜਗਦੀਪ ਸਿੰਘ। ਜਗਦੀਪ ਸਿੰਘ ਤੁਹਾਡਾ ਇਹ? ਹਾਂਜੀ ਹਾਂਜੀ। 97 798 97 97 7 96 14 98 14 98 ਭਰਾਵੋ, ਇਹ ਬਾਬਾ ਜੀ ਦਾ ਨੰਬਰ ਆ ਬਾਈ, ਜ਼ਰੂਰ ਭਰਾਵੋ ਜਿੰਨਾ ਵੀ ਹੋਇਆ ਹਨਾ ਇਹਨਾਂ ਦੀ ਮਦਦ ਕਰਿਓ, ਜਾਂ ਤੁਹਾਡੇ ਇਲਾਕੇ 'ਚ ਆਉਣ, ਇਸ ਤੋਂ ਬਾਅਦ ਇਹ ਬੰਬੇ ਜਾ ਰਹੇ ਨੇ, ਅੱਜ ਅਸੀਂ ਵੀਡੀਓ ਬਣਾ ਰਹੇ ਹਾਂਗੇ ਆਪਣਾ 1 ਜੁਲਾਈ ਨੂੰ, ਹਾਂ 1 ਅਗਸਤ 2024, ਅਤੇ ਹੇਮਕੁੰਡ ਸਾਹਿਬ ਤੁਹਾਨੂੰ ਪਤਾ ਬਰਸੀ ਦਾ ਜਿਹੜਾ ਸਿਸਟਮ ਉਹ ਚੱਲੀ ਜਾਂਦਾ, ਅਤੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਭਰਾਵੋ। ਸੋ ਠੀਕ ਹੈ ਬਾਬਾ ਜੀ, ਧੰਨਵਾਦ, ਮਿਹਰਬਾਨੀ, ਥੈਂਕ ਯੂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।